ਸਕੂਟਰ ਤੇ ਖੜਾ ਇਹ ਬਜ਼ੁਰਗ ਇਵੇਂ ਖੜਾ ਹੈ ਜਿਵੇਂ ਇਹ ਕੋਈ ਪਿੰਡ ਦਾ ਮੁਹਤਵਰ ਜਾਂ ਕੋਈ ਜ਼ਿੰਮੇਵਾਰ ਸ਼ਖਸ ਲੋਕਾਂ ਨੂੰ ਸਮਝਾ ਰਿਹਾ ਹੋਵੇ। ਪਰ ਤੁਹਾਡਾ ਸੋਚਣਾ ਬਿਲਕੁਲ ਗਲਤ ਹੈ, ਕਿਉਂਕਿ ਇਹ ਸਕੂਟਰ ਦੇ ਆਸੇ ਪਾਸੇ ਖੜ੍ਹੇ ਲੋਕ ਇਸ ਸਕੂਟਰ ਵਾਲੇ ਬਾਬੇ ਦੇ ਗ੍ਰਾਹਕ ਹਨ, ਜੋ ਕਿ ਬਾਬੇ ਕੋਲੋਂ ਨਸ਼ੀਲੀਆਂ ਗੋਲੀਆਂ ਖਰੀਦਦੇ ਹਨ ਅਤੇ ਇਹ ਬਾਬਾ ਸ਼ਰੇਆਮ ਨਸ਼ੇ ਦੀਆਂ ਗੋਲੀਆਂ ਵੇਚ ਰਿਹਾ ਹੈ, ਪਰ ਇਸ ਨੂੰ ਫੜਨ ਦੀ ਹਿੰਮਤ ਕੋਈ ਨਹੀਂ ਕਰ ਰਿਹਾ। ਤੁਸੀਂ ਵੀ ਇੱਕ ਵਾਰ ਧਿਆਨ ਨਾਲ ਵੇਖੋ ਕਿ ਕਿਵੇਂ ਬਾਬੇ ਕੋਲ ਮੇਲਾ ਲੱਗਿਆ ਹੋਇਆ ਹੈ, ਪਰ ਇਹ ਵੀਡੀਓ ਕਿਸ ਪਿੰਡ ਦੀ ਹੈ ਇਸ ਬਾਰੇ ਕੁਝ ਵੀ ਪਤਾ ਨਹੀਂ। ਚੱਲਦੇ ਹਾਂ ਬੱਚੇ ਨੂੰ ਕਿੰਨਾ ਫਿਰ ਸ਼ਰੇਆਮ ਚੱਲਦਾ ਕੰਮ, ਗੋਲੀਆਂ ਵੇਚ ਰਹੀਆਂ 150 ਨੂੰ ਪੱਤਾ ਲੱਗਦਾ ਨਗਦਾ, ਸ਼ਰਮ ਨਹੀਂ ਹਜ਼ਾਰ ਨਹੀਂ ਬੰਦਿਆਂ ਨੂੰ, ਪੱਤੇ 'ਤੇ ਪੱਤਾ ਠੋਕੀ ਆਉਂਦੇ ਆ, ਦੱਸ ਕੀ ਕਰੂੰ ਦੇਖ ਲਈ ਜਵਾਨੀ। ਕੀ ਕਰਾਂ ਤੂੰ, ਰੇਟ ਹੀ ਮਹਿੰਗਾ ਸਾਡੇ ਬੰਦੇ ਆ। ਹਾਂ ਜਿਹੜੇ ਇਹੋ ਜਿਹੇ ਨਮੂਨੇ ਆ ਪੰਜਾਬ 'ਚ ਚੱਕੇ ਜਾਣ, ਪਤਾ ਲੱਗੇ ਲੋਕਾਂ ਨੂੰ। ਇਹ ਬੰਦਾ ਕਹਿੰਦਾ ਪੁਲਿਸ ਵਾਲਿਆਂ ਨੇ ਮੈਨੂੰ ਕਿਹਾ ਵੀ ਪੱਤੇ ਤੋਂ ਵੱਧ ਨਹੀਂ ਲੈਣੇ, ਵੀ ਪੱਤੇ ਤੋਂ ਵੱਧ ਵੇਚ ਨਹੀਂ ਸਕਦਾ। ਇਸ ਤੋਂ ਸਬਕ ਲੈਂਦੇ ਹੋਏ ਅਸੀਂ ਆਪਣੇ ਬੱਚਿਆਂ ਨੂੰ ਇਹਨਾਂ ਨਸ਼ੇ ਵੇਚਣ ਵਾਲੇ ਗਰੋਹ ਤੋਂ ਆਪ ਹੀ ਬਚਾ ਸਕਦੇ ਹਾਂ, ਕਿਉਂਕਿ ਸਰਕਾਰ ਹਮੇਸ਼ਾ ਹੀ ਇਹ ਗੱਲਾਂ ਕਰਦੀ ਹੈ ਕਿ ਨਸ਼ਾ ਜਲਦ ਖਤਮ ਹੋ ਜਾਵੇਗਾ, ਪਰ ਨਹੀਂ, ਸਾਨੂੰ ਆਪਣੇ ਬੱਚਿਆਂ ਦਾ ਭਵਿੱਖ ਬਚਾਉਣ ਲਈ ਆਪ ਹੀ ਅੱਗੇ ਆਉਣਾ ਪਵੇਗਾ ਅਤੇ ਇਹਨਾਂ ਨੂੰ ਸਲਾਖਾਂ ਪਿੱਛੇ ਭੇਜਣਾ ਪਵੇਗਾ। ਬਿਊਰੋ ਰਿਪੋਰਟ, ਸਾਂਝ ਟੀਵੀ। ਨਵੀਆਂ ਅਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਆਪਣਾ ਯੂਟਿਊਬ ਚੈਨਲ ਸਾਂਝ ਟੀਵੀ। ਹੁਣ ਵਧੀਆ HD ਕੁਆਲਿਟੀ ਦੇ ਦੇਸ਼ ਵਿਦੇਸ਼ ਬ੍ਰੌਡਕਾਸਟਿੰਗ ਲਈ ਲਾਈਵ ਬ੍ਰੌਡਕਾਸਟ ਲਈ ਅੱਜ ਹੀ ਕਾਲ ਕਰੋ ਹਰਦੀਪ ਸਿੰਘ ਧੱਗੜ ਨੂੰ 99 154 23 251।